ਚੁੱਪ ਕਰ ਜਾਓ ਆ ਬੋਲਚਾ ਆ ਦੂਜੇ ਪਾਸੇ ਪੁਲਿਸ ਖੜੀ ਕਰਨੀ ਆ ਕਹਿੰਦੀ ਅਸੀਂ ਰੇਡ ਮਾਰਾਂਗੇ ਹੁਣ ਇੱਕ ਪਾਸੇ ਪੁਲਿਸ ਆ ਵੇਚੀ ਜਾਂਦੀ ਆਹ ਦੇਖੋ ਲੈ ਕੀ ਇਹਨਾਂ ਦਾ ਯਕੀਨ ਕਰੂ ਕਿੱਧਰ ਨੂੰ ਜਾਵਾਂਗੇ ਸ਼ਰਮ ਆਉਣੀ ਚਾਹੀਦੀ ਯਾਰ ਵਰਦੀ ਦੀ ਆਹ ਵਰਦੀ ਆ ਆ ਲਾ ਬਾਈ ਬੁੱਢਾ ਖਰਾਉਣ ਬਾਬਦੇ ਜਿੰਨੀ ਲੱਗ ਜਾਂਦੀ ਆ ਦੋ ਹੱਥ ਮੜ ਕੇ ਤਿੰਨ ਆ ਗਈਆਂ ਚੜੀਆਂ ਗਈਆਂ ਸਰਿੰਜਾ ਵੀ ਕੋਈ ਬਰਾਮਦ ਹੋਣਾ ਕਿ ਸੋ ਲਾਲ ਬੱਤੀ ਵੀ ਆ ਗੱਡੀ ਵੀ ਆ ਨੌਜਵਾਨ ਕੋਲੇ ਉਹ ਮੰਨ ਵੀ ਰਿਹਾ ਹੈਗਾ ਪੁਲਿਸ ਵਾਲਾ ਵੀ ਜਿਹੜਾ ਉਹ ਨਸ਼ਾ ਲਾਉਂਦਾ ਹੈਗਾ ਪਰ ਬੇਇੱਜ਼ਤੀ ਆਪਾਂ ਉਹਦੇ ਨਾਲ ਵੀ ਗੱਲਬਾਤ ਕਰਦੇ ਆ ਕਿਉਂਕਿ ਜੇ ਅਸੀਂ ਪੰਜਾਬ ਸਰਕਾਰ ਦੀ ਗੱਲ ਕਰਦੇ ਨੇ ਕਿਸੇ ਵੀ ਸਰਕਾਰ ਦੀ ਗੱਲ ਕਰਦੇ ਆ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਆ ਨਸ਼ੇ ਨੂੰ ਲੈ ਕੇ ਪਰ ਅਸਲ ਦੇ ਵਿੱਚ ਗਰਾਊਂਡ ਦੇ ਉੱਤੇ ਕੀ ਸਥਿਤੀ ਆ ਉਹ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਮੰਡੀ ਕਲਾਂ ਨੇੜੇ ਦਾ ਪ੍ਰੋਗਰਾਮ ਹੈ ਕਿ ਜਿੱਥੇ ਇੱਕ ਪੁਲਿਸ ਮੁਲਾਜ਼ਮ ਜਿਹੜੀ ਇੱਥੋਂ ਦੀ ਸਰਕਾਰ ਬਾਹਰ ਕਰਦੇ ਆ ਇਹਦਾ ਗੈਂਗ ਬਣੇ ਵੇ ਇਸ ਚੀਜ਼ ਦੀ ਇਸ ਕਰਕੇ ਤਦੀ ਫੜ ਕੇ ਲਿਆਂਦਾ ਜੋ ਫੜਿਆ ਹਕੀਕਤ ਦੱਸਾਂਗੇ ਇਹ ਸਾਰੇ ਆਪਾਂ ਪਾਊਡਰ ਮਿਲਿਆ ਅਸੀਂ ਉਹ ਵੀ ਸੋਚ ਰਹੇ ਆ ਠੀਕ ਹੈ ਬੰਦਾ ਨਸ਼ਾ ਕਰਦਾ ਹੈ ਜੇ ਨਸ਼ਾ ਜੇ ਕੋਲੋਂ ਕਹੇ ਤੇ ਨਹੀਂ ਮਿਲਿਆ ਇਹਦੀ ਜਿਹੜੀ ਬਾਡੀ ਆ ਅਸੀਂ ਨੰਗੀ ਕਰਕੇ ਨਹੀਂ ਦੇਖੀ ਇਹਦਾ ਹਜੇ ਹੋ ਸਕਦਾ ਵਿੱਚ ਬਾਡੀ ਕਿੱਥੇ ਕੀ ਨਸ਼ਾ ਰੁਕ ਹੋਵੇ ਉਹ ਚੀਜ਼ ਛੋਟੀ ਅੱਕੀ ਵਾ ਕਿੱਥੇ ਗੈਪ ਕਰੀ ਬੈਠਾ ਹੋਵੇ ਗੱਡੀ ਦੇ ਇੰਜਨ ਵਿੱਚ ਰੱਖੀ ਬੈਠਾ ਹੋਵੇ ਹਜੇ ਜਿੰਨਾ ਕੁ ਸਾਡੇ ਕੋਲੇ ਹੋਇਆ ਬੈਗ ਬੂ ਫਰੋਲੇ ਹੈ ਜਿਹੜਾ ਇਹਦਾ ਲੇਡੀ ਸਮਾਨ ਮਿਲਦਾ ਹੈ ਇਹ ਅਨਮੈਰਿਡ ਬੰਦਾ ਲੇਡੀ ਸਮਾਨ ਕਿਵੇਂ ਰੱਖ ਰਿਹਾ ਪਹਿਲੀ ਗੱਲ ਸਾਡਾ ਇਹ ਸਵਾਲ ਹੈ ਅਸੀਂ ਪ੍ਰਸ਼ਾਸਨ ਨੂੰ ਵੀ ਕਿਹਾ ਪ੍ਰਸ਼ਾਸਨ ਦਾਣਾ ਮੰਡੀ ਵਿੱਚ ਸੀ ਉਸ ਟਾਈਮ ਤੇ ਪ੍ਰਸ਼ਾਸਨ ਵੀ ਅਣਗਹਿਲੀ ਕਰੀ ਅਸੀਂ ਉਹਨੂੰ ਕਿਹਾ ਰਿਹਾ ਵੀ ਇਹਨੂੰ ਚੰਗੀ ਤਰ੍ਹਾਂ ਪੁੱਛੋ ਜਿਹੜਾ ਬੰਦਾ ਨਾਂ ਲਿਆ ਉਹਨੂੰ ਚੱਕੋ ਇੱਥੋਂ ਇਹ ਮੰਡੀ ਕਲਾਂ ਦਾ ਨਾਂ ਲਿਆ ਬਾਈ ਸਿੱਧੂਪੁਰ ਵਾਲੇ ਗਏ ਇਹਨਾਂ ਨੇ ਵੀ ਆ ਕੇ ਇੱਥੇ ਮੰਡੀ ਕਲਾਂ ਕਿਹਾ ਵੀ ਸੀ ਮੰਡੀ ਕਲਾਂ ਬੰਦੇ ਨੂੰ ਵੀ ਨਾਂ ਲੈਂਦੇ ਹਾਂ ਆਪਾਂ ਸੜਕ ਜਾਮ ਕਰਦੇ ਹਾਂ ਵੀ ਜਿੰਨਾ ਚਿਰ ਸਾਡਾ ਵੱਡਾ ਅਧਿਕਾਰੀ ਨਾਲ ਗੱਲ ਨਹੀਂ ਹੁੰਦੀ ਡੀ ਐਸ ਪੀ ਜਾਂ ਐਸ ਐਸ ਪੀ ਨਾਲ ਆਇਆ ਨਹੀਂ ਇੱਥੇ ਕੋਈ ਹਰੇ ਪਲਸ ਅਜੇ ਤੱਕ ਇੱਥੇ ਕੋਈ ਨਹੀਂ ਆਇਆ विश्वास किवें आओ एक साडी राखी लई वर्दी आ जिहड़ी सानू विश्वास बणिआ वी साडी राखी करनगे अज ओह वर्दी करबेमी नाल होई आ नशे दे ਦਸਤਕਾਰ ਫੜਿਆ ਗਿਆ ਤੇ ਫਿਰ ਸਾਨੂੰ ਕਿਵੇਂ ਵਿਸ਼ਵਾਸ ਆਊ ਇਹਨਾਂ ਤੇ ਇਸ ਕਰਕੇ ਅਸੀਂ ਮੁੱਕਰ ਨਹੀਂ ਜੋ ਮੀਡੀਅਮ ਗੱਲ ਕਹਾਂਗੇ ਸਹੀ ਕਹਾਂਗੇ ਅਸੀਂ ਨਾ ਡਰਨ ਵਾਲੇ ਆ ਕਿਉਂਕਿ ਅਸੀਂ 12-13 ਸਾਲ ਸਾਨੂੰ ਜਸੇਬੰਦੀਆਂ ਕੰਮ ਕਰਦੇ ਹੋਏ ਨੂੰ ਹੋ ਗਏ ਜੇ ਅਸੀਂ ਡਰਨਾ ਹੁੰਦਾ ਅਸੀਂ ਇਹ ਜਸੇਬੰਦੀਆਂ ਜੀ ਨਹੀਂ ਸੀ ਉਹ ਲੀਡਰਾਂ ਜੀ ਬਹਿੰਦੇ ਫਿਰ ਬਾਪੂ ਜੀ ਇਹ ਗੱਲ ਦੱਸੋ ਡੇਲੀ ਵਾਂਗੂ ਆਉਂਦਾ ਇਹ ਡੇਲੀ ਆਉਂਦਾ ਸੀ ਉਦੋਂ ਇਹੀ ਗੱਡੀ ਵੀ ਹਾਂ ਉਹ ਗੱਡੀਆਂ ਨੇ ਕਮਾਲ ਨਹੀਂ ਮੈਂ ਦੱਸਦਾ ਬਾਈ ਨੂੰ ਜੀ ਜੀ ਪਟਿਆਲੇ ਵਾਲੇ ਰਾਹ ਤੇ ਆਸੀਂ ਸਿੱਧੂਪੁਰ ਜੱਥੇ ਵਿੱਚ ਕੰਮ ਕਰਦੇ ਆ ਜੀ ਅਸੀਂ ਅਈ ਤੂੰ 1 ਮਹੀਨਾ ਪਹਿਲਾਂ ਜੀ ਜੀ ਸਾਡੇ ਗਿਲਕਲਾ ਸੱਚੋ ਨੂੰ ਗੱਡੀ ਦਾ ਨੰਬਰ ਦਿੱਤਾ ਹੈਗਾ ਵੀ 3 ਘੰਟੇ ਗੱਡੀ ਖੜਦੀ ਹੈ ਜੀ ਇਹ ਇੰਨੇ ਨੰਬਰ ਦੀ ਗੱਡੀ ਹੈ ਮੰਡੀ ਕਲ ਤੋਂ ਪਿੱਥੋਂ ਨੂੰ ਜਿਹੜੀ ਸੜਕ ਜਾਂਦੀ ਹੈਗੀ ਉੱਥੇ ਗੱਡੀ ਖੜਦੀ ਹੈ ਘੱਟੋ ਘੱਟ ਰੋਜ਼ ਇਹਦੇ ਕੋਲੇ 5-10 ਮੋਟਰਸਾਈਕਲ ਡੋ ਡੇਲੀ ਮੁੜਦੇ ਹੈਗੇ ਇਹ ਵੀ ਦੱਸ ਕੇ ਆਏ ਅਸੀਂ ਸੱਚੋ ਸਾਹਿਬ ਨੂੰ ਵੀ ਉਹਦੇ ਇਨਕੁਆਇਰੀ ਕਰੀ ਜਾਵੇ ਤੁਸੀਂ ਜਾਓਗੇ ਗੱਡੀ ਦਾ ਨੰਬਰ ਦਿੱਤਾ ਤੁਹਾਨੂੰ ਪਰ ਹਾਲ ਤੱਕ ਉਹਦਾ ਗੱਡੀ ਨਹੀਂ ਪੜੀ ਅੱਜ ਵੀ ਅਸੀਂ ਸੱਚੋ ਨੂੰ ਫੋਨ ਲਾਇਆ ਪਰ ਉਹ ਫੋਨ ਨਹੀਂ ਚੱਕਿਆ ਕਿਹੜੇ ਐਸਐਚਓ ਨੇ ਗਿਲਕਾ ਦਰਸ਼ਨ ਨੇ ਅੱਛਾ ਉਹ ਉਹਨਾਂ ਨੂੰ ਨੰਬਰ ਦਿੱਤਾ ਵਾ ਗੱਡੀ ਦਾ ਗੱਡੀ ਦਾ ਨੰਬਰ ਦਿੱਤਾ ਵਾ 1 ਮਹੀਨਾ ਹੋਇਆ ਸਾਨੂੰ ਨੰਬਰ ਦਿੱਤਾ ਸਾਰੀ ਜਥੇਬੰਦੀ ਤੇ ਸਾਡੀ ਜੋ ਕਮੇਟੀ ਬਣੀ ਵੀ ਹੈ ਉਹ ਨੰਬਰ ਲਿਖਾ ਕੇ ਆਇਆ ਗੱਡੀ ਦਾ ਉਹਨਾਂ ਨੇ ਕੋਈ ਕਾਰਵਾਈ ਨਹੀਂ ਰਿਹਾ ਗੱਡੀ ਤੋਂ ਉਸ ਤੋਂ ਬਾਅਦ ਵੀ ਇਹ ਗੱਡੀ ਰੋਜ਼ ਆਉਂਦੀ ਹੈ ਡੇਲੀ ਆਉਂਦੀ ਹੈ ਜੀ 2-3 ਘੰਟੇ ਖੜਦੀ ਹੈ ਤਿੰਨ ਉਹ ਤੋਂ ਲੈ ਕੇ 3 ਘੰਟੇ ਤੱਕ दूर खेत 4 किलोमीटर दूर है जी उथे केवला कप्पे भी सब कुछ जेड़ा कुछ इन्हां नूं मिलदा वो कर दिया जी आपकी हरकत जिन्नी कहिंदा तो हुंदी आ।